ਮਾਨਯੋਗ ਸਪੀਕਰ ਸਾਹਿਬ, ਸਿੰਚਾਈ ਸਹੂਲਤਾਂ ਨੂੰ ਪਹਿਲ ਦੇਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੂਰ ਅੰਦਰਸ਼ੀ ਤੋਂ ਸੇਧ ਲੈ ਕੇ ਸਰ ਅਸੀਂ ਇੱਕ ਨਵੀਂ ਸਰ ਮਾਲਵਾ ਕੈਨਾਲ ਪ੍ਰੋਜੈਕਟ ਦੀ ਤਜਵੀਜ਼ ਰੱਖੀ ਹੈ ਸਰ। ਮਾਲਵਾ ਕੈਨਾਲ ਪ੍ਰੋਜੈਕਟ ਦੀ ਤਜਵੀਜ਼ ਰੱਖੀ ਹੈ ਸਰ। ਇਸ ਪਹਿਲਕਦਮੀ ਦਾ ਟੀਚਾ ਲਗਭਗ 1,78,000 ਏਕੜ ਏਰੀਏ ਨੂੰ ਕਵਰ ਕਰਨਾ ਸਰ, ਜਿਸ ਵਿੱਚ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ ਜ਼ਿਲ੍ਹਿਆਂ ਨੂੰ ਬਹੁਤ ਵੱਡਾ ਲਾਭ ਹੋਊਗਾ ਸਰ। ਇਸ ਪ੍ਰੋਜੈਕਟ ਦਾ ਸਰ ਮੇਨ ਸੋਲ ਜਿਹੜਾ ਉਦੇਸ਼ ਆ ਉਹ ਧਰਤੀ ਹੇਠਲੇ ਪਾਣੀ ਦੀ ਨਿਰਭਰਤਾ ਨੂੰ ਘਟਾਉਣਾ ਅਤੇ ਹਾੜੀ ਦੇ ਸਮੇਂ ਦੌਰਾਨ ਬਿਆਸ ਸਤਲੁਜ ਦਰਿਆ ਦੇ ਪਾਣੀ ਦੀ ਘੱਟ ਵਰਤੋਂ ਵਾਲੇ ਪੰਜਾਬ ਦੇ ਹਿੱਸੇ ਨੂੰ ਅਨੁਕੂਲ ਬਣਾਉਣਾ ਸਰ। ਸਰ ਮਾਲਵਾ ਕੈਨਾਲ ਜਿਹੜੀ ਅਸੀਂ ਨਹਿਰ ਦਾ ਨਵਾਂ ਪ੍ਰੋਜੈਕਟ ਕੀਤਾ ਸਰ, ਉਹਦੇ ਨਾਲ ਮੈਂ ਸਮਝਦਾ ਬਹੁਤ ਵੱਡੇ ਮਾਲਵੇ ਦੇ ਇੱਕ ਹਿੱਸੇ ਨੂੰ, ਮਾਲਵੇ ਧਰਤੀ ਹੇਠਲੇ ਪਾਣੀ ਨੂੰ ਜਿੱਥੇ ਬਚਾਵਾਂਗੇ ਉੱਥੇ ਇਰੀਗੇਸ਼ਨ ਦਾ ਇੱਕ ਵੱਡਾ ਲਾਭ ਪੰਜਾਬ ਦੇ ਕਿਸਾਨਾਂ ਨੂੰ ਸਰ ਹੋਊਗਾ।